ਤੁਹਾਡਾ ਆਪਣਾ ਭਿੰਦਾ ਮਠੱਡਾ। 2014 ਦੇ ਟੂਰਨਾਮੈਂਟਾਂ ਦੀ ਗੱਲ ਕਰੀਏ ਤੇ ਅਗਲੇ ਹਫਤੇ ਜਿਹੜਾ ਗ੍ਰੇਵ ਜੰਟ ਵਿੱਚ ਟੂਰਨਾਮੈਂਟ ਵਿਖੇ ਹੋ ਰਿਹਾ, ਆਪਾਂ ਸਾਰੇ ਜਣੇ ਚਲੀਏ ਗ੍ਰੇਵ ਜੰਟ ਦੀਆਂ ਗਰਾਊਂਡਾਂ ਦੇ ਵਿੱਚ, ਬੜੀ ਧੂਮਧਾਮ ਦੇ ਨਾਲ ਖੇਡ ਮੇਲਾ ਜਿਹੜਾ ਉਹਨੂੰ ਜਾ ਕੇ ਸਹਿਯੋਗ ਦਈਏ। ਆਪਾਂ ਜਾਣਾ ਅਗਲੇ ਹਫਤੇ 25 ਤਰੀਕ ਨੂੰ ਗ੍ਰੇਵ ਜੰਟ ਦੀ ਗੁਰਦੁਆਰੇ ਦੀਆਂ ਗਰਾਊਂਡਾਂ ਦੇ ਵਿੱਚ, ਅਤੇ 2014 ਦੇ ਜਿਹੜੇ ਖੇਡ ਮੇਲੇ ਆ ਸਾਰੇ ਕਾਮਯਾਬ ਕਰੀਏ। ਬੜੇ ਚੋਟੀ ਦੇ ਖਿਡਾਰੀ ਮੇਰੇ ਵੀਰੋ ਪਹੁੰਚ ਰਹੇ ਆ, ਵੱਧ ਚੜ੍ਹ ਕੇ ਸਹਿਯੋਗ ਦਈਏ। ਵਾਹਿਗੁਰੂ ਜੀ ਕਾ ਖਾਲਸਾ ਅਤੇ ਸਿੱਖ ਚੱਲਣ ਵਾਲਿਆਂ ਦੀ ਕਰੀਏ ਚੜ੍ਹਾਈ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਤਕੜਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ। ਬਿਲਕੁਲ ਸੱਜੇ ਹੱਥ ਪੰਜਾਬ ਯੂਨਾਈਟਡ ਵੱਲੋਂ ਈਰਥ ਬੁਲਚ ਦਾ ਮੁਕਾਬਲਾ। ਬਹੁਤ ਹੀ ਵਧੀਆ ਮੁਕਾਬਲਾ ਸ਼ੁਰੂ ਹੋ ਗਿਆ ਅਤੇ ਇੱਧਰ ਭੂਰਾ ਬੱਗੇ ਪਿੰਡ ਵਾਲਾ ਕਬੱਡੀ ਕਬੱਡੀ ਕਰਦਾ ਬਿਲਕੁਲ ਚਾਰੇ ਜਾਫੀਆਂ ਦੇ ਕੋਲ। ਮਨੀ ਮੁਕਾਬਲਾ ਸਵਾਨੇ ਦਾ ਫੈਸਲਾ ਜਾਂਦਾ ਹੋਇਆ ਧਾਵੀ ਦੇ ਹੱਕ ਵਿੱਚ, ਪੰਜਾਬ ਯੂਨਾਈਟਡ ਵੋਲਵਹੈਂਟਨ ਦੇ ਹੱਕ ਦੇ ਵਿੱਚ ਇੱਧਰ ਰਣਜੀਤ ਢੰਡੇ ਦੇ ਕੋਲ ਪੁਆਇੰਟ ਲੈ ਕੇ ਜਾ ਪਹੁੰਚਿਆ। ਅਤੇ ਭਿੰਦਿਆਂ ਮਠੱਡਿਆਂ ਵਾਲਿਆਂ ਵੇਖ ਲਾ ਪਾ ਦਿੱਤੀ ਆ ਕਬੱਡੀ, ਗਗਨ ਜੋਗੇਵਾਲ ਵਾਲੇ ਦੀ ਪਈ ਆ ਕਬੱਡੀ, ਚੰਡਿਆ ਪਿਆ ਸਰੀਰਿਆ ਸਾਹਮਣੇ ਦੁਨੀਆ ਦੇ ਮਹਾਨ ਚਾਰ ਜਾਫੀਆਂ 'ਤੇ ਕਬੱਡੀ ਪਾ ਦਿੱਤੀ ਆ ਜੀਤੀ ਕੁੰਨਰ ਅਤੇ ਉੱਧਰ ਸੰਦੀਪ ਨੰਗਲਾਂਬੀਆਂ ਵਾਲਾ ਗਲੈਡੀਏਟਰ ਦੇ ਨਾਂ ਨਾਲ ਮਸ਼ਹੂਰ। ਅਤੇ ਉਹ ਵੇਖ ਲਓ ਸੰਦੀਪ ਨੰਗਲਾਂਬੀਆਂ ਵਾਲੇ ਨਾਲ ਹੋਇਆ ਪਿਆ ਮੁਕਾਬਲਾ, ਇੱਦਾਂ ਬਾਹਾਂ ਚੱਲਦੀਆਂ ਜਿੱਦਾਂ ਮਰਸੇਡੀ ਦੇ ਵਾਈਪਰ ਚੱਲਦੇ ਹੋਣ। ਆਹ ਨਹੀਂ ਰੀਸਾਂ ਤੇਰੀਆਂ ਗੱਭਰੂਆ, ਬਿਲਕੁਲ ਕੈਮਰੇ ਫੋਕਸ ਹੋਏ ਪਏ ਨੇ ਹੰਧਿਆਂ ਦੇ ਕੋਲ, ਮੁਕਾਬਲਾ ਆ ਅਤੇ ਪੁਆਇੰਟ ਪੁਆਇੰਟ ਸੰਦੀਪ ਦੇ ਹੱਕ ਦੇ ਵਿੱਚ, ਪੁਆਇੰਟ ਸੰਦੀਪ ਦੇ ਹੱਕ ਦੇ ਵਿੱਚ ਇੱਧਰ ਫੈਸਲਾ ਹੋ ਗਿਆ। ਨਹੀਂ ਰੀਸਾਂ, ਬੜੇ ਤਕੜਾ ਇਹ ਮੁਕਾਬਲਾ ਅਤੇ ਸਾਰੇ ਵੀਰ ਬੜੇ ਖੁਸ਼ ਆ। ਚੱਲ ਵੇ ਇੱਧਰ ਗਗਨ ਨਾਗਰਾ ਪਹਿਲੇ ਸਾਲ ਇੰਗਲੈਂਡ ਦੀ ਧਰਤੀ 'ਤੇ ਆਇਆ ਅਤੇ ਉੱਧਰ ਵੇਖਦੇ ਹਾਂ ਸਾਊਥ ਹਾਲ ਕਬੱਡੀ ਕਲੱਬ ਦੇ ਪ੍ਰਧਾਨ ਪੰਮੀ ਰੰਧਾਵਾ ਬੁਲਟਾ ਵੇਖ ਲਾ ਪੈ ਗਈ ਆ ਨੌਜਵਾਨ ਦੀ ਕਬੱਡੀ, ਅਤੇ ਰਣਜੀਤ ਰੂਪਰ ਵੇਖਦਾ, ਪ੍ਰਤਾਪ ਵੇਖਦਾ ਅਤੇ ਆਹ ਵੇਖ ਲਾ ਪੁਆਇੰਟ ਲੈ ਕੇ ਭੱਜਿਆ ਜਾਂਦਾ, ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ। ਨਹੀਂ ਰੀਸਾਂ ਤੇਰੀਆਂ ਗੱਭਰੂਆ। ਚੱਲ ਬਈ ਆਹ ਵੇਖ ਲਾ, ਪਤਾ ਲੱਗਦਾ ਨੌਜਵਾਨ ਨੇ ਚੰਡਿਆ ਸਰੀਰਿਆ, ਮੱਖਣ ਮੱਖੀ ਨੇ ਪਾ ਦਿੱਤੀ ਆ ਕਬੱਡੀ ਅਤੇ ਕਹਿੰਦਾ ਸਾਹਮਣੇ ਆ ਜਾਓ। ਇੱਧਰ ਰਣਜੀਤ ਢੰਡਾ ਹੱਲਾ ਸ਼ੇਰੀ ਦਿੰਦਾ ਆ ਅਤੇ ਉਹ ਵੇਖਦੇ ਆ ਸਾਹਮਣੇ ਕਬੱਡੀ ਕਬੱਡੀ ਕਰਦਾ ਚਾਰੇ ਜਾਫੀਆਂ ਦੇ ਕੋਲ ਪਹੁੰਚ ਗਿਆ। ਵੇਖਦੇ ਆ 30 ਸੈਕਿੰਡ ਦਾ ਕਿਸ ਤਰ੍ਹਾਂ ਗੱਲ ਹੁੰਦੀ ਆ, ਉਹ ਵੱਧਦਾ ਜਾਂਦਾ ਚਾਰੇ ਜਾਫੀਆਂ ਦੀ ਘੁੰਮਦੀ ਚੈਨ ਦੇ ਨਾਲ ਅਤੇ ਉਹ ਵੇਖਦੇ ਆ ਗੱਲ ਕੀ ਹੁੰਦੀ ਆ, ਪੂਰੀ ਕੋਸ਼ਿਸ਼ ਕਰਦਾ ਹੋਇਆ ਗੱਭਰੂ ਅਤੇ ਪੁਆਇੰਟ ਦੇਖਦੇ ਤਾੜੀ ਕਿੱਧਰ ਨੂੰ ਵੱਜਣੀ ਆ। ਆਹ ਵੇਖ ਲਓ ਭੱਜਿਆ ਜਾਂਦਾ ਜਾਦੇ ਸੁਰਖ ਵਾਲੇ ਕੋਲੋਂ ਪੁਆਇੰਟ ਲੈ ਕੇ। ਚੱਲ ਬਈ ਗੱਭਰੂ ਆਪਾਂ ਕਬੱਡੀ ਆਹ ਵੇਖ ਲਓ, ਪਤਾ ਲੱਗਦਾ ਆ ਪੂਰਾ ਬੱਗੇ ਪਿੰਡ ਵਾਲਾ, 3 ਟਰੈਕਟਰ ਪਹਿਲਾਂ ਹੀ ਬੱਗੇ ਪਿੰਡ ਪਹੁੰਚ ਗਏ ਆ, ਜੋ ਕਿ ਵਰਲਡ ਕੱਪ ਹੋਇਆ ਸੀ 2 ਮੰਗੀ ਨੇ ਬਲਵੀਰ ਸਿੰਘ ਦੁੱਲੇ ਨੇ ਅਤੇ ਆਹ ਵੇਖ ਲਓ ਮਨੀ ਦੇ ਨਾਲ ਹੋਇਆ ਮੁਕਾਬਲਾ ਅਤੇ ਵੇਖਦੇ ਹਾਂ ਆਹ ਵੇਖ ਲਓ ਭਿੰਦਾ ਵੀ ਬਠੱਡਿਆਂ ਵਾਲਿਆਂ ਵੇਖਦੇ ਹਾਂ ਕਿ ਗੱਲ ਕਿੱਧਰ ਨੂੰ ਜਾਂਦੀ ਆ। ਆਹ ਨਹੀਂ ਵੇਖਦੇ ਪੁਆਇੰਟ ਬਹੁਤ ਹੀ ਵਧੀਆ ਜੁੜਦਾ ਹੋਇਆ ਈਰਥ ਬੁਲਚ ਦੇ ਹੱਕ ਦੇ ਵਿੱਚ, 1 ਅੰਕ ਦਾ ਹੋਰ ਵਾਧਾ ਹੋ ਗਿਆ। ਇੱਧਰ ਸੁਖੀ ਲੱਖਣ ਕੇ ਪੱਡਿਆਂ ਵਾਲਾ ਆ ਜੀਤੀ ਕੁੰਨਰ, ਪਤਾ ਲੱਗਦਾ ਆ ਨਹੀਂ ਰੀਸਾਂ ਤੇਰੀਆਂ
ਬਿਲਕੁਲ ਮੇਰੇ ਨੇੜੇ ਪਿੰਡ ਤੋਂ ਆ ਵੇਖ ਲਓ ਧੱਕ ਕੇ ਲੈ ਗਿਆ ਪਾਸੇ ਨੂੰ, ਕੈਮਰੇ ਫੋਕਸ ਹੋਏ ਪਏ ਨੇ, ਨਜ਼ਾਰਾ ਆ ਗਿਆ ਦੋਸਤੋ ਆਹ ਪੁਆਇੰਟ ਵੇਖ ਕੇ ਬਹੁਤ ਹੀ ਵਧੀਆ। ਇੱਕ ਅੰਕ ਦਾ ਹੋਰ ਇੱਧਰ ਰਣਜੀਤ ਢੰਡਾ ਵੇਖਦਾ ਆ, ਬਹਾਦਰ ਸਿੰਘ ਸ਼ੇਰਗਿੱਲ ਅਤੇ ਨਾਲ ਇੱਧਰ ਰਾਜਨ ਮਹਾਲ ਅਤੇ ਸਾਹਮਣੇ ਪੂਰੀ ਪਾਲੀ ਰਸੂਲਪੁਰੀਆ ਵੀ ਵੇਖਦਾ ਆ। ਚੱਲ ਬਈ ਗਗਨ ਗੱਭਰੂਆ ਭਾ ਕਬੱਡੀ, ਗਗਨ ਨਾਗਰਾ ਮੋਹਣੇ ਕੰਦੋਲੇ ਵੱਲੋਂ ਜੀਤੀ ਕੁੰਨ ਨੂੰ 20 ਪਾਉਂਡ। ਚੱਲ ਬਈ ਉੱਧਰ ਗਗਨ ਨਾਗਰੇ ਦੀ ਪਈ ਆ, ਉੱਧਰ ਮਨੀ ਧਨੌਰੀ ਨਾਲ ਹੋਇਆ ਪਿਆ ਮੁਕਾਬਲਾ, ਉਹ ਫੜੀਆਂ ਬਗਲਾਂ ਅਤੇ ਹੱਥ ਧਰਿਆ ਆ ਧੋਣ ਦੇ ਉੱਪਰ, ਪਰ ਪਤਾ ਲੱਗਣਾ ਜਦੋਂ ਸਾਹਮਣੇ ਪੂਰਾ ਮੁਕਾਬਲਾ ਵੇਖ ਲਓ। ਪੁਆਇੰਟ ਬਹੁਤ ਹੀ ਵਧੀਆ ਸੁਰਿੰਦਰ ਮਾਣਿਕ ਦੇ ਹਿੱਸੇ ਜੋੜਦਾ ਹੋਇਆ ਇੱਧਰ ਜੈਲਾ ਹੁਸ਼ਿਆਰਪੁਰੀਆ 1 ਲੱਖਾਂ ਜਿਹਾ ਅੰਕ ਜੋੜਦਾ ਹੋਇਆ। ਚੱਲ ਬਈ ਗਗਨ ਗੱਭਰੂਆ ਪਾ ਕਬੱਡੀ, ਉੱਡਣਾ ਜਿੰਨਾ ਮਰਜ਼ੀ ਉੱਡੋ ਇਹਨੂੰ ਅਖੀਰ ਨਾ ਸਮਝੋ। ਕੋਪੂ ਮੈਰੀ ਪੁਰ ਵਾਲੇ ਵੱਲੋਂ ਜੀਤੀ ਕੁੰਨ ਨੂੰ, ਮੋਹਣਾ ਕਾਲੇ ਸੰਘਿਆ ਵਾਲੇ ਆਪ ਹੀ 20 ਪਾਉਂਡ ਫੜਾਇਆ। ਬੜਾ ਤਕੜੀ ਕਬੱਡੀ ਖੇਡੀ ਆ ਅਤੇ ਆਹ ਵੇਖ ਲਓ ਇੱਧਰ ਨਹੀਂ ਰਿਸਾ ਤੇਰੀਆਂ ਸੁਰਿੰਦਰ ਮਾਣਿਕ, ਰਾਜਵੀਰ ਮਾਣਿਕ, ਮਨੀ ਧਨੌਰੀ ਨੂੰ 50 ਪਾਉਂਡ, ਇੱਧਰ ਸੁਰਿੰਦਰ ਮਾਣਿਕ ਵੱਲੋਂ ਆਹ ਵੇਖ ਲਓ ਗਗਨ ਪੁਆਇੰਟ ਲੈ ਕੇ ਆਉਂਦਾ ਹੋਇਆ, ਗਗਨ ਨੂੰ ਵੀ 50 ਪਾਉਂਡ ਸੁਰਿੰਦਰ ਮਾਣਿਕ ਵੱਲੋਂ ਵਕੀਲ ਵੱਲੋਂ। ਚੱਲ ਬਈ ਪੂਰਾ ਬੱਗੇ ਪਿੰਡ ਵਾਲੇ ਨੇ ਪਾ ਦਿੱਤੀ ਆ ਕਬੱਡੀ। ਚੱਲ ਬਈ ਗੱਭਰੂਆ ਕਬੱਡੀ ਕਬੱਡੀ ਕਰਦਾ, ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ। ਆਹ ਸਾਹਮਣੇ ਝੁਕਿਆ ਨੌਜਵਾਨ, ਕੈਮਰੇ ਫੋਕਸ ਹੋਏ ਪਏ ਨੇ, ਆਹ ਵੇਖ ਲਓ ਗੱਲ ਕਿੱਧਰ ਨੂੰ ਜਾਂਦੀ ਆ। ਦੋਨੇ ਗੱਭਰੂ ਇੱਕੋ ਜਿਹੇ ਆ, ਮੁਕਾਬਲਾ ਭਿੰਦਿਆ ਵੇਖਣ ਵਾਲਾ, ਪਰ ਭੂਰੇ ਦਾ ਵੀ ਬੜਾ ਤਜਰਬਾ ਆ। ਸਵਾਨੇ ਨੇ ਉਂਗਲੀ ਖੜੀ ਕਰ ਦਿੱਤੀ ਕਿ ਪੁਆਇੰਟ ਪੰਜਾਬ ਯੂਨਾਈਟਡ ਵੋਲਵਹੈਂਡ ਦੇ ਹਿੱਸੇ ਜੁੜਦਾ ਹੋਇਆ। ਟੋਪੂ ਵੱਲੋਂ ਜਿੰਨੇ ਵੀ ਪੰਜਾਬ ਯੂਨਾਈਟਡ ਵੋਲਵਹੈਂਡ ਦੇ ਜਾਫੀ ਜੱਫਾ ਲਾਉਣਗੇ 20 ਪਾਉਂਡ ਜੱਫੇ ਦੇ। ਆਹ ਵੇਖ ਲਓ ਮੱਖੀ ਪੁਆਇੰਟ ਲੈ ਕੇ 1 ਅੰਕ ਦਾ ਹੋਰ ਵਾਧਾ ਕਰਦਾ ਹੋਇਆ। ਚੱਲ ਬਈ ਗੱਭਰੂਆ ਪਾ ਬਈ ਨਾਗਰਿਆਂ ਵਾਲਿਆ, ਬਿਲਕੁਲ ਮੇਰੇ ਨੇੜੇ ਪਿੰਡ ਤੋਂ ਗੱਭਰੂ, ਪਹਿਲੇ ਸਾਲ ਇੰਗਲੈਂਡ ਦੀ ਧਰਤੀ 'ਤੇ ਆਇਆ ਨੌਜਵਾਨ, ਅਤੇ ਉੱਧਰ ਕਮਲ ਘੁਰਲੀ ਵੀ ਛੋਟਾ ਅਤੇ ਸਾਹਮਣੇ ਚਾਰੇ ਜਾਫੀਆਂ ਦੇ ਨਾਲ ਵੇਖਦੇ ਹਾਂ ਕਿਹਦੇ ਨਾਲ ਮੁਕਾਬਲਾ ਹੁੰਦਾ। ਆਹ ਵੇਖ ਲਓ ਮਨੀ, ਇਹ ਮਨੀ 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 ਗੱਲ ਹੋਣ ਲੱਗੀ ਆ, ਜਾਫੀ ਧਾਵੀ ਜਾਫੀ ਅਤੇ ਧਾਵੀ, ਉਹ ਵੀ ਗੱਭਰੂ ਲਾ ਲਾ ਕੇ ਸੁੱਟੀ ਜਾਂਦਾ ਅਤੇ ਪਿਛਲਖੁਰੀ ਭੱਜਿਆ ਜਾਂਦਾ, ਅਤੇ ਪੰਜਾਬ ਯੂਨਾਈਟਡ ਵੋਲਵਹੈਂਡ ਦੀ ਟੀਮ ਦੇ ਲਈ ਲੱਖਾਂ ਜਿਹਾ ਅੰਕ ਜੋੜਦਾ ਹੋਇਆ। ਉੱਧਰ ਸੰਦੀਪ ਨੰਗਲਾਮੀਆ ਵਾਲਾ ਮਾਰਦਾ ਥਾਪੀਆਂ, ਆ ਵੇਖ ਲਾ ਜੀਤੀ ਕੁੰਨਰ ਦੇ ਨਾਲ ਮੁਕਾਬਲਾ, ਪੁਆਇੰਟ ਈਰਥ ਬੁਲਚ ਦੇ ਹਿੱਸੇ ਜੋੜਦਾ ਹੋਇਆ। ਕਹਿੰਦੇ ਨੇ ਇਹ ਜ਼ਿੰਦਗੀ ਵਾਂਗ ਕਬੂਤਰਾਂ ਦੇ, ਇਹ ਜ਼ਿੰਦਗੀ ਵਾਂਗ ਕਬੂਤਰਾਂ ਦੇ, ਲੋਕ ਤਲੀਆਂ 'ਤੇ ਚੋਗ ਚਗਾਉਂਦੇ ਨੇ, ਪਹਿਲਾਂ ਆਪਣਾ ਬਣਾ ਕੇ ਰੱਖਦੇ ਨੇ, ਫਿਰ ਤਾੜੀਆਂ ਮਾਰ ਕੇ ਉਡਾਉਂਦੇ ਨੇ, ਫਿਰ ਤਾੜੀਆਂ ਮਾਰ ਉਡਾਉਂਦੇ ਨੇ। ਆਹ ਵੇਖ ਲਓ ਸਾਹਮਣੇ ਪੂਰਾ ਮੁਕਾਬਲਾ ਹੋਇਆ ਪਿਆ, ਇੱਧਰ ਬਾਬੇ ਘੁਰਲੀ ਦਾ ਪੋਤਾ ਦੀਪਾ, ਉੱਧਰ ਸ਼ਿੰਦਾ ਡੈਡੀ ਬੈਠਾ ਵੇਖ ਪੂਰੀ ਕੋਸ਼ਿਸ਼ ਕਰਦਾ ਹੋਇਆ, ਭੂਰਾ ਵੀ ਘੱਟ ਨਹੀਂ ਪਿੰਦਿਆ। ਆਹ ਵੇਖ ਲਾ ਪੁਆਇੰਟ ਲੈ ਕੇ ਭੱਜਿਆ ਜਾਂਦਾ, 1 ਅੰਕ ਦਾ ਹੋਰ ਵਾਧਾ ਹੋ ਗਿਆ। ਇਹ ਆ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਮੁਕਾਬਲੇ। ਚੱਲ ਬਈ ਗਗਨ ਸਿਆ ਗੱਭਰੂਆ ਪਾਸਾਂ ਕਬੱਡੀ, ਅੱਜ ਪਤਾ ਲੱਗਦਾ ਕਿਉਂਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਜੋ ਕਬੱਡੀ ਦਾ ਲੀਗ ਸਿਸਟਮ ਸ਼ੁਰੂ ਹੋ ਜਾਣਾ, 96 ਮੈਚ ਖੇਡੇ ਜਾਣੇ ਆ ਇੰਗਲੈਂਡ ਕਨੇਡਾ ਅਮੈਰੀਕਾ ਪੂਰੇ ਯੂਰਪ ਦੇ ਵਿੱਚ। ਆਹ ਵੇਖ ਲਓ ਸੰਦੀਪ ਨੰਗਲ ਅੰਬੀਆਂ ਵਾਲਾ, ਆਹ ਨਹੀਂ ਰੀਸਾਂ ਤੇਰੀਆਂ ਗੱਭਰੂਆ, ਪੁਆਇੰਟ ਲੈ ਕੇ ਜਾਂਦਾ ਹੋਇਆ, ਬਿੱਲੇ ਵੱਲੋਂ ਭੂਰੇ ਨੂੰ 20 ਪਾਉਂਡ। ਮੈਡਵੇਦੇ ਅਤੇ ਗ੍ਰੇਵ ਏਜੰਟ ਦੋਨੇ ਟੀਮਾਂ ਨੂੰ ਬੇਨਤੀ ਕਰਦੇ ਹਾਂ ਤਿਆਰ ਹੋ ਕੇ ਗਰਾਊਂਡ ਦੇ ਵਿੱਚ ਪਹੁੰਚਣ। ਚੱਲ ਬਈ ਗੱਭਰੂਆ ਉੱਧਰ ਗਗਨ ਦੀ ਫੇਰ ਪੈ ਗਈ ਆ ਕਬੱਡੀ। ਚੱਲ ਬਈ ਗਗਨ ਕਬੱਡੀ ਕਬੱਡੀ ਕਰਦਾ ਜਾ ਪਹੁੰਚਾ ਚਾਰੇ ਜਾਫੀਆਂ ਦੇ ਕੋਲ, ਅਤੇ ਆਹ ਵੇਖਦੇ ਹਾਂ ਸਾਹਮਣੇ ਨੌਜਵਾਨ ਵੀ ਘੱਟ ਨਹੀਂ, ਅਤੇ ਉਹ ਵੇਖ ਜੱਗੇ ਦੇ ਨਾਲ ਮੁਕਾਬਲਾ ਹੋਇਆ ਪਿਆ। ਪੁਆਇੰਟ 1 ਅੰਕ ਦਾ ਹੋਰ ਵਾਧਾ ਕਰਦਾ ਹੋਇਆ ਰਣਜੀਤ ਸਿੰਘ ਢੰਡੇ ਦੇ ਕੋਲ ਆ ਪਹੁੰਚਿਆ ਇਹ ਗੱਭਰੂ। ਚੱਲ ਬਈ ਮੱਖਣ ਮੱਖੀ ਗੱਭਰੂ ਆ ਪਾ ਕਬੱਡੀ, ਮੱਖਣ ਮੱਖੀ ਇੱਧਰ ਅਖਤਰ ਬੜੀ ਤਕੜੀ ਕਬੱਡੀ ਖੇਡਿਆ, ਅਤੇ ਉਹ ਵੇਖ ਲਓ ਜੀਤੀ ਕੂਨਰ ਦੇ ਨਾਲ ਮੁਕਾਬਲਾ, ਅਤੇ ਪੁਆਇੰਟ ਲੱਖਾਂ ਜਿਹਾ ਅੰਕ ਜੋੜਦਾ ਹੋਇਆ। ਉੱਧਰ ਜੈਵ ਸਿੰਘ ਜੀ ਅਤੇ ਨਾਲ
पूरी सवेर तो सेवा करते हैं। चल बई बगे पिंड वाले भूरे की पई आ गभरू कबड्डी, बड़ा तजर्बा इस नौजवान नू। गिंदर चल बई आ मनी बहुत ही बढ़िया, आ वेख ला पॉइंट लेके आ गया। चल बई सुखी लखन के पढ़िया वाला, मेजी वालों 20 पाउंड भूरे नू, बहुत बहुत धन्यवाद। इधर फिर पई है कबड्डी, चल वेखते हैं, आ वेख लो नहीं रीसा तेरिया, पूरा मुकाबला होया पाया, तो वेखते हैं गल किधर नू जांदी आ। ए आ जीती कूनर, नहीं रीसा तेरिया भाजी पहलवान का पुत्र, पता लगता 20 पाउंड लखे वालों 20 पाउंड, बहुत ही बढ़िया जीती कूनर ने जफा ला के। मेजी वालों भी 20 पाउंड, बड़ा तकड़े कबड्डी के खिडारी अज पहुंचे आ। तो इधर फिर पई है कबड्डी, चल बई गभरूआ पता लगना गिंदर दे नाल मुकाबला हुंदा जां कमल दे नाल। आ वेख लो इत्थों दा जंपल गगन दीपा, गगन दीपा, गगन दीपा, ते पिंदिया वेख ला इत्थों जंपल खिडारी बड़ा तकड़े कबड्डी खेडदे। पॉइंट ईर्थ बुलच दे हिस्से जुड़दा होया लैंबर सिंह जी कंग, बी मोनी कंदोले वालों, बी मेजी वालों, दास बुद्धू शांकरिया वालों जीती कुन्नर नू, बहुत बहुत धन्यवाद। तो इधर फिर पई है कबड्डी, चल बे दीपे लांदे वालों भी जीती कुन्नर नू 20 पाउंड। आ वेख लो गगन हल्का जिहा टच करके पॉइंट जोड़ता होया एक अंक का होर वाधा कर दिया। पहली पानी ब्रेक हो गई मीरियो, पहली पानी ब्रेक, सारे साउथ वाली दी टाणी बैठी आ। तो इधर पाला बाजवा वाला ते पाला बड़े पिंड वाला कलविंदर, सारे मेरे वीर इंग्लैंड कबड्डी फैडरेशन के प्रधान सत्ता मठाडिया वाला, बड़ी बढ़िया गल की आ बे कोई भी खिडारी जिहड़ा भी नशे करके नहीं खेड सकता, सारिया क्लबों के सहयोग नाल बहुत बहुत धन्यवाद करते हैं बई। वाकई नशिया तो रहत कबड्डी होनी चाहिए आ। वाहेगुरु जी का खालसा, वाहेगुरु जी की फतेह। यूके कबड्डी फैडरेशन का जो उपराला सी भी नरोल जो ड्रग तो फ्री कबड्डी होनी चाहिए आ, सिख चल ने पूरा साथ दिता है। सो असी चाहते हाँ कि इस बार जो ये कबड्डी नरोल हो रही है, तुसी भी सारा अपना सहयोग दिओ ता कि यूके यूरोप ते पूरे कनेडा विच भी असी इस नूं दिखा सकीए। तुहाडा सहयोग चाहिए आ, जिहड़े भी कबड्डी प्रेमी मेरे वीर आ अपने प्लेयरां नूं पसंद करते आ, टीम नूं पसंद करते आ, उन्हां टीमां दे मैच प्लीज़ जे स्पोंसर करना चाहते हो ता सिख चैनल दे स्टूडियो 0121-380-1050 ते फोन करो। दोबारा फिर अनाउंसमेंट करांगे, मैच स्टार्ट हो चुका है जी। बहुत बहुत धन्यवाद। जे किसी मेरे सहयोग देना हो सिख चैनल नूं, उन्हां दे नाल तुसीं राबता कायम कर सकते हो। लखा कमेंट्री दीपा लांगड़ी 20 पाउंड जीती कूनर नू। ते उधर मक्खन मक्खी दी फेर पई है कबड्डी, ते उधर कबड्डी कबड्डी करदा चार जाफियां दे नाल मगुरा मुकाबला चलदा होया। आ वेख लो ला ला के सुट्टी जांदा पॉइंट ईर्थ बुलच दे हिस्से जुड़दा होया। चल बई हरजोत सिंह पूरा बग्गे पिंड वाले ने नौजवान ने कबड्डी पा दित्ती आ। तो उधर बिंदर नवें पिंडिया लाइन ते वेखदा आ बई, आ वेख लो एक पंजाब की धरती का नौजवान ते दीपा, बहुत ही बढ़िया कोशिश की सी पर पॉइंट रणजीत सिंह टंडे वालों 20 पाउंड ते पॉइंट लेके आ पहुंचा अपनी टीम दे लई। चल बई सिंह सरदार लेंदी पग तो सीने विच शेक पैंदे ठल्ले जाण ना जोश जवानिया दे डोले फरक दे दिलां नूं रोह पैंदा खून खोल दे मर्द ज जनानिया दे कफन बन के सिरा ते उठ तुरदे खुरे मेटन लई हुक्म दे बानिया दे नक रगड़ के टेसी सुआह जीना कौमां जीउंदियां आल करवानिया दे। अज शहीदां दी जाह दे विच टूर्नामेंट ते गगन नंबर लैके जा पहुंचिया। ते इधर गगन नागरे ने पा दित्ती है कबड्डी, चल बे गभरूआ ते आ वेखदे आ। ए आ छोटा कमल जी, नहीं रीसा तेरिया, छोटा कमल घुरली बहुत ही वधिया अगे एक नौजवान ने जफा लाया, पूरी कोशिश करता हुआ
एक अंक का होर वाधा करता हुआ। चल बई मक्खन मक्खी दी पई है कबड्डी, लखे कमेंटरी वालों किनू संदीप नू 20 पाउंड नहीं रिसा तेरिया बहुत ही वधिया पॉइंट लैके जाता हुआ। चल बई बग्गा पूरा टेक के धरती मां नू मत्था वाधा जाता चारे जाफिया वालों वेखते हैं आ वाधा देखते हैं कैमरे फोक्स होए पे ने आ मनी दे नाल होया सी मुकाबला पॉइंट लेके आ पहुंचिया। कहिंदा मंजन दी लगन जिसनू छड़दा है भाल किथे जे कन्ना जोश होवे बजदी है छाल किथे जे ना जोश होवे। आ वेख लो भंगड़ा ते कबड्डी है जिंद जान पंजाबियां दी उच्चे लम्मे गभरू है पहचान पंजाबियां दी। आ वेख लो पंजाबियां दी मां खेड कबड्डी दा मुकाबला आ मुंडे ने भज के बगलां भर लईआं कलावा भर लिया दर्शक वीर वेखदे आ गुट फड़ के पूरी कैंची लाई आ 30 सैकंड की खेड आ ते हल्ला शेरी दिंदी क्लब पूरी कोशिश कर एक बार ताड़ी मार दिओ। बहुत ही वधिया पॉइंट जोड़ के दर्शकों नूं ताड़ियां मारन ते मजबूर करता होया ये नौजवान। तो उधर फेर पई आ कबड्डी ए आ पूरा बग्गे पिंड वाला उधर कमल गिंदर आ वेख लो नहीं रीसा दीपा कोरली बड़ा तजर्बेदार एक खिडारी पूरा पॉइंट लैके रणजीत टंडिया कोल दे पौन आ पहुंचा गबरू। ए आ बोन ए आ स्पेन तो बोन चल बे गबरू आ ना 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 किनू गोरखे वालों संदीप नू 10 पॉइंट दिया बगशेरा बहुत ही बढ़िया पॉइंट लेके आया 20 पॉइंट संदीप बोनी कंदोले वालों। चल बे गगन गबरू आ पा कबड्डी 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 करदा आ वेखदे आ कौन डक्कन की कोशिश करदा इस नू आ वेखला वाधा जांदा आ वेखला मनी तनौरी दे नाल होया मुकाबला ते गगन भी घट नहीं भावे पहले साल इंग्लैंड की धरती ते पहुंचिया पर इधर हाकां पैंदियां बे घर पहुंच जा पर वेखदे आ गल सुरिंदर माणिक की टीम दे कोलों नंबर लैके आउंदा ते रणजीत टंडे वालों 20 पाउंड कहिंदे जिन्हां ने उड़ना हुंदा वो हवा नहीं वेख्या करदे जो सूरज वांग चढ़दे ने वो घटा नहीं वेख्या करदे जो सूरज वांग चढ़दे ने। आ वेख लो नौजवान वाधा जांदा चारे आ जीती कुन्नर बड़ी फुरती आ बड़ी भाज आ वेख लो बिल्कुल हंधिया दे नेड़े पॉइंट ईट बुलच दे हिस्से जोड़दा होया। पाँच सौ पौंड टोपू लांदड़े वालों पंजाब यूनाइटेड बॉलहंड की टीम नू दीपा लांदड़ा 500 पौंड बहुत बहुत तो वेख लो गिंदर दे नाल मुकाबला होया आ वेख लो फलाइया बाहां मोहरे खड़ गया आ पर आ वेख लो सूरज देवता झुक झुक के वेखदा इन्हां नौजवानों के जौहर पॉइंट पंजाब यूनाइटेड बॉलहंड के हिस्से जुड़ता होया। चल बई ये चल के स्पेन तो आया नहीं रिसा तेरिया फैला दित्तियां बाहां पता लगना बे अज गल किधरू जानी आ वेखला ओ जीती कूनर दे नाल मुकाबला हो गया ते वेखदे आ पॉइंट पॉइंट बहुत ही वधिया ईट बुलच दे हक दे विच जोड़दा होया। चल वे गबरू आ पा कबड्डी बहुत ही वधिया पॉइंट जोड़दा होया आ वेख लो दीपे कोरली दे नाल मुकाबला हो गया वो भी नौजवान घट नहीं पूरा भी घट नहीं पूरे गर्मी दे नाल खेड़दे नौजवान पता लगता जवानी चढ़ी आ नहीं रीसा तेरिया पॉइंट जोड़दा होया दर्शकों नू खुश करन दी पूरी कोशिश की आ इस गभरू ने। चल वे गभरू आ पा कबड्डी उधर बड़े तकड़े तकड़े खिडारी पुराने उधर बोला बैठा वेखदा आ बड़ी तकड़ी कबड्डी खेडी आ नछत्र ढाडी दियाँ गल्लां होंदियां ते दे बट्टे वर्गे भी वीर तुर गए साढ़े तो एक लड्डू सदमा वाला वो भी साढ़े को छड के चले गया बड़ी देन सी उस गभरू की कबड्डी नू। चल बई गगन गभरू आ पा कबड्डी हुई कबड्डी वल वेखदे आ उधर कमल
ਤੇ ਵੇਖਦੇ ਆ ਗਿੰਦਰ ਦੇ ਨਾਲ ਮੁਕਾਬਲਾ ਹੁੰਦਾ ਤੇ ਚਾਰੇ ਜਾਫੀਆਂ ਦੀ ਡੋਰ ਕਰ ਦਿੱਤੀ ਆ। ਆ ਮਨੀ ਨੇ ਕੁੰਡਾ ਖੋਲ ਦਿੱਤਾ ਆ ਪਰ ਆ ਗੱਭਰੂ ਪੁਆਇੰਟ ਲੈ ਕੇ ਆ ਪਹੁੰਚਿਆ ਆਪਣੇ ਸਾਥੀਆਂ ਦੇ ਕੋਲ, ਆਪਣੇ ਸਾਥੀਆਂ ਦਾ ਹੌਸਲਾ ਬੁਲੰਦ ਕਰਦਾ ਹੋਇਆ। ਚੱਲ ਬਈ ਮੱਖਣ ਮੱਖੀ ਗੱਭਰੂ ਆ ਪਾ ਕਬੱਡੀ, ਇਹ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਆ। ਪਤਾ ਲੱਗਦਾ ਬਈ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਆ ਅਤੇ ਅੱਜ ਪਤਾ ਲੱਗਦਾ ਇਸ ਗਰਾਊਂਡ ਦੇ ਵਿੱਚ। ਔਰ ਵੇਖਦੇ ਹਾਂ ਪੂਰਾ ਮੁਕਾਬਲਾ ਜਾਦੇ ਦੇ ਨਾਲ ਹੋਇਆ ਪਿਆ ਆ ਅਤੇ ਵੇਖਦੇ ਹਾਂ ਪੁਆਇੰਟ ਜਾਦਾ। ਜਾਦੇ ਨੇ ਪੂਰੀ ਕੋਸ਼ਿਸ਼ ਕੀਤੀ ਸੁਰਖਪੁਰ ਦੀ ਧਰਤੀ ਦਾ ਨੌਜਵਾਨ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ। ਅਤੇ ਇੱਧਰ ਫਿਰ ਪਈ ਆ ਕਬੱਡੀ, ਭੂਰੇ ਦੀ ਪਈ ਆ ਕਬੱਡੀ, ਕਿਉਂਕਿ ਫਾਈਨਲ ਵਰਗਾ ਇਹ ਮੈਚ ਆ, ਫਾਈਨਲ ਵਰਗਾ ਇਹ ਮੈਚ ਚੱਲਦਾ ਹੋਇਆ। ਅਤੇ ਆਹ ਵੇਖ ਲਓ ਬਹੁਤ ਹੀ ਵਧੀਆ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ। ਨਸ਼ਿਆਂ ਤੋਂ ਬਚ ਕੇ ਆਪਾਂ ਇਹ ਕਬੱਡੀ ਖੇਡਣੀ ਆ। ਗਜ ਗਜ ਚੌੜੀਆਂ ਛਾਤੀਆਂ ਅਤੇ ਮੁੰਡੇ ਗੇਲੀਆਂ ਵਰਗੇ ਨੇ, ਝੋਟੇ ਜਿੰਨਾ ਜ਼ੋਰ ਅਤੇ ਸਾਨਾ ਵਾਂਗੂ ਭਿੜਦੇ ਨੇ। ਚੜ੍ਹਦੀ ਕਲਾ ਵਿੱਚ ਰੱਖੀ ਰੱਬਾ ਸੰਤਾਨ ਪੰਜਾਬੀਆਂ ਦੀ, ਭੰਗੜਾ ਅਤੇ ਕਬੱਡੀ ਹੈ ਜਿੰਦ ਜਾਨ ਪੰਜਾਬੀਆਂ ਦੀ। ਆਹ ਵੇਖ ਲਓ ਸੰਦੀਪ ਦੇ ਨਾਲ ਮੁਕਾਬਲਾ ਹੋ ਗਿਆ ਬੜੀ ਫੁਰਤੀ ਦੇ ਨਾਲ, ਪੁਆਇੰਟ ਤਕਨੀਕੀ ਪੁਆਇੰਟ ਜ਼ੋਰ ਦੇ ਨਾਲ ਪੁਆਇੰਟ ਲੈ ਕੇ ਜਾਂਦਾ ਹੋਇਆ ਸੁੱਚੇ ਥਿੰਦ ਦੇ ਕੋਲ ਪਹੁੰਚ ਗਿਆ। ਉੱਧਰ ਸੁਰਿੰਦਰ ਮਾਨਕ ਪਿੱਛੇ ਹੱਲਾ ਸ਼ੇਰੀ ਦਿੰਦਾ ਆ ਬਈ ਪੈ ਗਈ ਆ ਗਗਨ ਦੀ ਕਬੱਡੀ। ਆਹ ਗਗਨ ਦੀ ਪਈ ਆ ਕਬੱਡੀ। ਅਤੇ ਇੱਧਰ ਵੇਖਦੇ ਹਾਂ ਕਪਲ ਭਲਵਾਨ ਵੀ ਕਬੱਡੀ ਵੇਖਦਾ ਆ ਕਿ ਪੁਆਇੰਟ ਲੈ ਕੇ ਜਾਂਦਾ ਹੋਇਆ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ। ਸੋਨੀ ਹੋਟੀ ਮੇਰਾ ਵੀਰ, ਸਾਰੀ ਸਾਊਥ ਹਾਲ ਦੀ ਸਾਰੀ ਢਾਣੀ ਪਹੁੰਚੀ ਆ ਸਾਰਿਆਂ ਨੂੰ। ਆਹ ਵੇਖ ਲਓ, ਆਹ ਵੇਖ ਲਓ ਰੱਬ ਨੂੰ ਯਾਦ ਕਰਦਾ ਆ, ਕਹਿੰਦਾ ਰੱਬ ਤੋਂ ਉਹਦੇ ਆਸਰੇ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ। ਆਹ ਵੇਖ ਲਾ, ਨਹੀਂ ਰੀਸਾਂ ਤੇਰੀਆਂ, ਜੀਤੀ ਕੂਨਰ ਤੋਂ ਪੁਆਇੰਟ ਲੈ ਕੇ ਭੱਜ ਜਾਣਾ, ਜੀਤੀ ਕੂਨਰ ਤੋਂ ਪੁਆਇੰਟ ਲੈ ਕੇ ਜਾਣਾ, ਐਵੇਂ ਸੌਖੀ ਗੱਲ ਨਹੀਂ। ਰੱਬ ਉਹਨਾਂ ਦੇ ਨਹੀਂ ਯਾਦ ਰਹਿੰਦਾ, ਉਹ ਗੁੱਡੀ ਜਿਨ੍ਹਾਂ ਦੀ ਅੰਬਰੀ ਚੜ੍ਹੀ ਹੁੰਦੀ, ਕਈ ਵਾਰੀ ਪਰਤਾ ਕੇ ਵੇਖਿਆ ਏ ਬੰਦਾ ਬੁੱਧੂ ਜਿਹਾ ਅਤੇ ਮਾਇਆ ਕਹਿੰਦੇ ਬੜੀ ਹੁੰਦੀ। ਮੇਕਅਪ ਕਰਦੀਆਂ ਵੇਖੀਆਂ ਆਮ ਕੁੜੀਆਂ, ਜਦੋਂ ਗੱਡੀ ਲਾਈਟਾਂ 'ਤੇ ਖੜ੍ਹੀ ਹੁੰਦੀ ਉਹ ਫਿਰ ਕੌਣ ਪੁੱਛਦਾ ਜਦੋਂ ਮੈਦਾਨਾਂ ਦੇ ਵਿੱਚ ਅੜੀ ਹੁੰਦੀ। ਅਸੀਂ ਦੋਨਾਂ ਪਾਸਿਆਂ ਨੂੰ ਬੇਨਤੀ ਕਰਦੇ ਹਾਂ, ਮੈਚ ਬੜਾ ਇੰਟਰਸਟਿੰਗ ਹੋ ਰਿਹਾ, ਰੈਫਰੀਆਂ ਦੀ ਮੰਨੋ ਪੁਆਇੰਟ ਹੋ ਗਿਆ, ਜਦੋਂ ਪੁਆਇੰਟ ਦੇ ਦਿੱਤਾ ਗਿਆ ਫਿਰ ਕੋਈ ਆਰਗੂ ਨਹੀਂ। ਥੈਂਕ ਯੂ। ਇਹ ਮੈਚ ਚੱਲਦਾ ਸੀ, ਅੱਧਾ ਸਮਾਂ ਹੋ ਗਿਆ। ਹਾਂਜੀ ਪੁਆਇੰਟ ਆ ਕੇ ਦੱਸੋ। ਗੱਭਰੂ ਹੋ ਗਏ ਨੇ ਮਾਵਾਂ ਹੱਥੋਂ ਚੂਰੀਆਂ ਖਾ ਕੇ, ਕੌਡੀ ਖੇਡ ਹੈ ਜੋਰਾਂ ਦੀ, ਖੇਡੋ ਮੁੰਡਿਓ ਮਿਹਨਤਾਂ ਲਾ ਕੇ, ਮੇਲਾ ਭਰਦਾ ਜਾਂਦਾ ਏ ਹਰ ਕੋਈ ਹੋਇਆ ਫਿਰੇ ਦੀਵਾਨਾ, ਕੱਪ ਜਿੱਤਣੇ ਸੌਖੇ ਨਹੀਂ, ਤਕੜਾ ਹੋ ਕੇ ਖੇਡ ਜਵਾਨਾ, ਕੱਪ ਜਿੱਤਣੇ ਸੌਖੇ ਨਹੀਂ। ਆਹ ਵੇਖ ਲਓ ਆਹ ਮੱਖਣ
मक्खी ने फिर पा दी है कबड्डी। जीती कूनर ने लंगोटे कस लै पिछले साल वर्ल्ड कप से कनेडा अमेरिका दे विच बेस्ट जाफी होया तो वेख लो जादे दे नाल होया सी मुकाबला पॉइंट धावी के हिस्से जोड़ता होया एक अंक का होर वाधा करता होया ईर्थ बुलच की टीम दे लई। चल बई इधर भूरे बग्गियां वाले की फिर पई है कबड्डी। आ वेखदे आ कबड्डी कबड्डी करदा इधर सुखी लखन के पढ़िया वाला भी जा खड़ा मनी दे नाल हो गया मुकाबला इको जे गभरू कट कद काट पर पॉइंट भूरे बग्गे पिंड वाला लैके मिंदर सिंह जी मोड़ दे कोल जा पहुँचा। बहुत ही सोहना पॉइंट जोड़िया इधर गगन सिंह सरदार पता लगता आ पग इतिहास का वेख्यो फोल के कित लखा शहीदा की रत बचों डुलूगी साड़े जिन्हों गलों में टैर पा के वह कौम दर्द किदा दस भुलूगी जिन्हें मिलया इंसाफ पंजाबियों एक दिन कहर की हनेरी झुलूगी टेसी आई तो आए तो बदला ले लवेंगे अख सूरज की भी बाद खुलूगी। बहुत ही सोहना जफा लाया जीती कूनर ने अज फिर पता लग गया बे वाकई जीती कूनर ही आ। बहुत ही तकड़े जफे ला के दर्शकों खुश कर दिता। इधर गगन की पै गई है फिर कबड्डी गगन नागरे की पई है कबड्डी तो उधर सिंदर माणिक वे वेखते हैं कौन आ वेख लो पॉइंट इधर बहुत ही वधिया फैसला अख्तर चक टड्डियां वाले का फैसला धावी के हक के जाता होया। आ वेख लो नौजवान आ गया कोई ताड़ी मार दो यार ये नाते पता लगता बई वाकई इस नौजवान ने पूरा शरीर चंडिया पिया आ ते स्पेन तो चल के आया आ तजर्बा आ शरीर तो आप ही हौली हौली चंड हो जाना। आ वेख लो संदीप नंगल अंबिया वाले ने आ वेख लो किधर नू गल जांदी आ ते दोने पूरी कोशिश करता होया नहीं रिसा तेरिया पॉइंट। चल बे गभरू आपा कबड्डी चल बे इधर फिर पै गई कबड्डी देखो चावान लाडा नाल पालिया मां ने पुत मित्रो वेख के शरीर लेंदी भुख मित्रो हिक दे जोर नाल बदले हवावां दे रुख मित्रो सोखा टेसी मंगदा खिडारियों की सुख मित्रो। आ वेख लो भूरा बग्गे पिंड वाला पॉइंट लग जाता। चल बई बहुत ही वधिया अंक जोड़ता होया। चल बई प्रेम रंधावे वाल भूरी ने भी पाउंड दिया शेरा इधर वेखते आ नहीं रिसा बिंदर महल राजन महल उधर शीरा औलख वेखदा वे पॉइंट लेके जांदा होया एक अंक का होर वाधा करता है। ये नौजवान पूरा फसिया पिया मुकाबला एक एक अंक ते फाइट हुंदी आ ये पंजाबियों की मां खेड कबड्डी के मुकाबले। इधर फिर पै गई है गगन की कबड्डी क्योंकि समा बड़ा बदल गया डोप टेस्ट होने लग पे आ कहिंदे वेजीटेरियन खिडारियों की कदर पैनी आ। आ मनी दे कोलों पॉइंट लैके वेखदे आ लैके जांदा होया सारे ही बहुत ही वधिया पॉइंट लैके आउंदा होया। इधर सिंह सरदार कहिंदे गुट्टे वाले खिडारियों की वक्री शान हुंदी आ ते आ वेख लो ग्लैडिएटर दे नाल मशहूर संधु परिवार के लाडले कोलों पॉइंट लैके आउंदा होया गगन एक अंक का होर वाधा करता होया। प्यार दे नाल सवाना कहिंदा खेडो पर जो आप कहिंदे मार दे चेता भुल गया हुण सवाना कहिंदा बहुत ही वधिया। आओ वेख लै उधर भूरी की पई हुई कबड्डी। चल बई गभरूआ कबड्डी कबड्डी करता होया ते आ वेख लै गिंदर दे कोल पॉइंट लैके भज्जिया जांदा ये नौजवान कहिंदे समा बदल जाणा आ जिद्दां अजकल लोकी। चल बई मौसम की पई हुई कबड्डी बई टेक धरती मां नूं आ वेखदे पूरी चढ़ाई कर दिती है इस नौजवान ने। आ संदीप दे नाल हो गया मुकाबला ला ला के सुट्टी जांदा भर लिया कलावा आ नहीं रिसा वाह वाह तेरे वाह कमाल कर दिती आ। एहो जिहा मैच वेख के हुंदियां दूर उदासियां वाकई पता लगता बई इस नौजवान ने भी कढ रही। चल वे कुदिया बहुत ही वधिया पॉइंट लेके जांदा होया इधर हुई कबड्डी दस पॉइंट कुद्दे वालों। आओ वेख लो दर्शक वीर
ਤੇ ਆਹ ਵੇਖ ਲਓ ਪੂਰੀ ਕੋਸ਼ਿਸ਼ ਕਰਦਾ ਹੋਇਆ ਗਗਨ ਦੇ ਨਾਲ ਮੁਕਾਬਲਾ। ਉੱਧਰ ਦੀਪਾ ਘੋਰਲੀ ਚੁੰਬੜ ਗਿਆ, ਨਹੀਂ ਰੀਸਾਂ ਤੇਰੀਆਂ, ਕਮਾਲ ਕਰ ਦਿੱਤੀ ਆ, ਬਹੁਤ ਹੀ ਵਧੀਆ ਪੁਆਇੰਟ ਜੋੜਦਾ ਹੋਇਆ। ਇੱਕ ਇਹੋ ਜਿਹਾ ਸਮਾਂ ਆਉਣਾ ਆ ਜੇ ਨਸ਼ਿਆਂ ਦਾ, ਕਹਿੰਦੇ ਆਹ ਹੀ ਹਾਰ ਰਿਹਾ। ਜਿੱਦਾਂ ਲੋਕ ਪਹਿਲਾਂ ਜਦੋਂ ਕਿਸੇ ਨੂੰ ਦਾਰੂ ਪਾਣੀ ਦੇ ਨਾਲ ਕੋਈ ਰੱਖਦਾ ਆ, ਕਾਜੂ ਰੱਖਦਾ, ਕੋਈ ਬਦਾਮ ਰੱਖਦਾ, ਆਉਣ ਵਾਲੇ ਸਮੇਂ ਦੇ ਲੋਕਾਂ ਨੇ ਰੱਖਿਆ ਕਰਨੀਆਂ ਆ, ਕਿਸੇ ਨੇ ਰੱਖਿਆ ਕਹਿੰਦੇ ਸ਼ੂਗਰ ਦੀਆਂ ਗੋਲੀਆਂ ਅਤੇ ਕਿਸੇ ਨੇ ਰੱਖਿਆ ਕਰਨੀਆਂ ਆਹ ਵੇਖ ਲਓ ਟੈਨਸ਼ਨ ਦੀਆਂ ਗੋਲੀਆਂ। ਅਤੇ ਆਹ ਸਾਹਮਣੇ ਫਿਰ ਮੁਕਾਬਲਾ ਦੇਖਦੇ ਹਾਂ, ਜਾਦੇ ਦੇ ਨਾਲ ਮੁਕਾਬਲਾ ਹੋਇਆ ਪਿਆ, ਮੱਖਣ ਭੱਜਿਆ ਜਾਂਦਾ ਪੁਆਇੰਟ ਲੈ ਕੇ, ਨਹੀਂ ਰੀਸਾਂ ਤੇਰੀਆਂ, ਇੱਕ ਮੱਖਣ ਜੋ ਕਮੈਂਟਰੀ ਕਰਦਾ ਹਕੀਮਪੁਰੀਆ, ਇੱਕ ਮੱਖਣ ਪੂਰਾ ਬੱਗੇ ਪਿੰਡ ਵਾਲਾ। ਅਤੇ ਉੱਧਰ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਨੇ ਇੱਕ ਵਾਰੀ ਫਿਰ ਮੈਨੂੰ ਇਸ਼ਾਰਾ ਕੀਤਾ ਵੀ ਇੱਕ ਵਾਰੀ ਦੱਸ ਦੇ ਕਿਸੇ ਵੀ ਖਿਡਾਰੀ ਦਾ ਡੋਪ ਟੈਸਟ ਹੋ ਸਕਦਾ ਆ ਵੀ 300 ਪਾਉਂਡ ਦੇ ਕੇ ਕਿਸੇ ਭਾਵੇਂ 8 ਖਿਡਾਰੀਆਂ ਦੇ ਕਹਿੰਦਾ ਤੁਸੀਂ ਟੈਸਟ ਕਰਾ ਲਓ। ਅਤੇ ਸਾਹਮਣੇ ਫਿਰ ਭੂਰੇ ਦੀ ਪਈ ਹੋਈ ਕਬੱਡੀ, ਉੱਧਰ ਮਨੀ ਦੇ ਨਾਲ ਹੋਇਆ ਪਿਆ ਧਨੌਰੀ ਦੇ ਨਾਲ ਮੁਕਾਬਲਾ, ਉਹ ਵੇਖ ਲਓ ਨਹੀਂ ਰੀਸਾਂ ਤੇਰੀਆਂ, ਬੜੀ ਭਾਰ ਕੋਮਨ ਪੁਆਇੰਟ, ਬਹੁਤ ਹੀ ਵਧੀਆ ਮੁਕਾਬਲਾ, ਕੋਮਨ ਪੁਆਇੰਟ ਹੋ ਗਿਆ, ਕੋਮਨ ਪੁਆਇੰਟ ਹੋ ਗਿਆ, ਬੜਾ ਤਕੜਾ ਇਹ ਫਸਿਆ ਪਿਆ ਮੁਕਾਬਲਾ। ਦਰਸ਼ਕ ਵੀਰ ਵੀ ਅੱਡੀਆਂ ਚੁੱਕ ਚੁੱਕ ਵੇਖਦੇ ਆ, ਬਹੁਤ ਹੀ ਵਧੀਆ ਉੱਧਰ ਗਗਨ ਦੀ ਫੇਰ ਪਈ ਆ ਕਬੱਡੀ, ਆਹ ਵੇਖ ਲਓ ਕੌਡੀ ਭੰਗੜਾ ਕਬੱਡ ਪੰਜਾਬੀਆਂ ਦੀ ਸ਼ਾਨ ਮਿੱਤਰੋ। ਅਤੇ ਉਹ ਸਾਹਮਣੇ ਵੇਖਦੇ ਹਾਂ ਪੁਆਇੰਟ ਬਹੁਤ ਹੀ ਵਧੀਆ ਜੋੜਦਾ ਹੋਇਆ ਨੌਜਵਾਨ ਪੰਜਾਬ ਯੂਨਾਈਟਡ ਵੋਲਵੈਂਡ ਦੇ ਹਿੱਸੇ ਜੋੜਦਾ ਹੋਇਆ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ। ਚੱਲ ਬਈ ਇੱਧਰ ਗਗਨ ਪੈ ਗਈ ਆ, ਇੱਧਰ ਗਗਨ ਦੀ ਪਈ ਆ ਕਬੱਡੀ, ਵਾਧਾ ਜਾਂਦਾ ਚਾਰੇ ਜਾਫੀਆਂ ਵੱਲੋਂ। ਉੱਧਰ ਸੋਖਾ ਉਦੈਪੁਰੀ ਹੈ ਬੜੀ ਕਬੱਡੀ ਨੂੰ ਦੇਣ ਆ, ਉੱਧਰ ਬੈਠੇ ਮੈਚ ਦਾ ਆਨੰਦ ਮਾਣਦੇ ਹੋਏ। ਪਰ ਪੁਆਇੰਟ ਇੱਧਰ ਕਮਲ ਘੋਰਲੀ ਨੇ ਟਰਾਈ ਕੀਤੀ ਸੀ, ਪੁਆਇੰਟ ਲੈ ਕੇ ਜਾਂਦਾ ਹੋਇਆ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ। ਚੱਲ ਬਈ ਨੌਜਵਾਨਾਂ ਆਹ ਵੇਖ ਲਓ ਸਪੇਨ ਤੋਂ ਚੱਲ ਕੇ ਹਮਿੰਦ ਆਇਆ, ਇਹ ਆ ਸਪੇਨ ਤੋਂ ਚੱਲ ਕੇ ਆਇਆ ਨੌਜਵਾਨ, ਵਾਹ ਵਾਹ ਨੌਜਵਾਨਾਂ, ਕਹਿੰਦਾ ਰੱਬ 'ਤੇ ਆਸਰਾ ਆ, ਮਿਹਨਤ ਕਰਕੇ ਅੱਗੇ ਵਧਣਾ, ਮਿਹਨਤ ਕਰਕੇ ਅੱਗੇ ਵੱਧਦਾ ਜਾ। ਅਤੇ ਉਹ ਵੇਖਦੇ ਹਾਂ ਰਣਜੀਤ ਰੂਪਰ ਸਿੰਘ ਵੇਖ ਲਾ ਆਹ ਭੱਜਿਆ ਜਾਂਦਾ ਨੌਜਵਾਨ ਜੀਤੀ ਕੂਨਰ ਦੇ ਕੋਲੋਂ, ਸਟਾਰ ਜਾਫੀ ਦੇ ਕੋਲੋਂ ਪੁਆਇੰਟ ਲੈਣਾ, ਖੱਖਰਾਂ ਨੂੰ ਛੇੜਨਾ, ਕਹਿੰਦੇ ਸੱਪ ਦੀ ਖੁੱਡ ਵਿੱਚ ਹੱਥ ਪਾਉਣਾ ਸੌਖਾ ਨਹੀਂ ਹੁੰਦਾ। ਬਹੁਤ ਹੀ ਵਧੀਆ ਪੁਆਇੰਟ ਲੈ ਕੇ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ। ਅਤੇ ਉੱਧਰ ਪੰਮੀ ਰੰਧਾਵੇ ਦਾ ਪੇਂਡੂ ਬੜਾ ਤਕੜੀ ਕਬੱਡੀ ਖੇਡ ਕੇ ਗਿਆ, ਅਤੇ ਆਹ ਸਾਹਮਣੇ ਫਿਰ ਮੁਕਾਬਲਾ ਹੋ ਗਿਆ। ਅਤੇ ਵੇਖਦੇ ਹਾਂ ਆਹ ਨਹੀਂ ਰੀਸਾਂ ਤੇਰੀਆਂ ਪੁਆਇੰਟ ਭੂਰੇ ਦੇ ਕੋਲੋਂ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ। ਕਹਿੰਦੇ ਜੇ ਖੂਨ ਵਿੱਚ ਗਰਮੀ ਹੋਵੇ ਥਾਪੀ ਤਾਂ ਵੱਜਦੀ ਪੱਟਾਂ 'ਤੇ, ਕਿੰਨੀਆਂ ਕੌਡੀਆਂ ਕਿੰਨੇ ਜੱਫੇ ਗੱਲਾਂ ਹੋਣੀਆਂ ਵਿੱਚ ਸੱਥਾਂ ਦੇ, ਮਿਹਨਤ ਕਰਕੇ ਟੇਸੀ ਅੱਗੇ ਵੱਧਦਾ ਜਾ, ਬਾਕੀ ਛੱਡ ਦੇ ਰੱਬ ਦਿਆਂ ਹੱਥਾਂ 'ਤੇ। ਵੇਖ ਲਓ ਮੁਕਾਬਲਾ ਬੜਾ ਸਖਤ ਆ, ਨਹੀਂ ਰੀਸਾਂ ਤੇਰੀਆਂ ਸੋਹਣਿਆ, ਬਹੁਤ ਹੀ ਵਧੀਆ ਹੈਪੀ ਦੇ ਨਾਲ ਮੁਕਾਬਲਾ। ਪਰ ਪੁਆਇੰਟ ਲੈ ਕੇ ਜਾਂਦਾ ਹੋਇਆ ਮੱਖੀ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ, ਲੱਖਾਂ ਜਿਹਾ ਅੰਕ ਜੋੜਦਾ ਹੋਇਆ। ਚੱਲ ਬਈ ਸੋਹਣਿਆ ਉਹ ਵੇਖਦੇ ਹਾਂ ਉੱਧਰ ਕਮਲ ਅਤੇ ਮਨੀ, ਉੱਧਰ ਸੁੱਖੀ ਲੱਖਣ ਕੇ ਪੱਡਿਆਂ ਵਾਲਾ ਅਤੇ ਨਾਲ ਦੀਪਾ ਕੌਰਲੀ, ਆਹ ਵੇਖ ਲਓ ਆਹ ਨਹੀਂ ਰੀਸਾਂ ਤੇਰੀਆਂ, ਉਹ ਕਹਿੰਦਾ ਮੇਰਾ ਛੋਟਾ ਵੀਰ ਆ। ਪੁਆਇੰਟ ਬਹੁਤ ਹੀ ਵਧੀਆ ਅਖਤਰ ਦਾ ਫੈਸਲਾ, ਅਖਤਰ ਚੱਕ ਢੱਡਿਆਂ ਵਾਲੇ ਦਾ ਫੈਸਲਾ ਧਾਵੀ ਦੇ ਹੱਕ ਦੇ ਵਿੱਚ ਜਾਂਦਾ ਹੋਇਆ। ਚੱਲ ਵੇ ਗਗਨ ਸਿਆਂ ਪਾ ਕਬੱਡੀ, ਮੇਲਾ ਭਰਿਆ ਹੋਵੇ ਜੇ ਖਿਡਾਰੀ ਕਬੱਡੀ ਨਾਲ ਪਾਵੇ ਤਾਂ ਦੁੱਖ ਹੁੰਦਾ, ਜੇ ਸਰੀਰ ਕਹਿੰਦੇ ਚੰਡਿਆ ਹੋਵੇ ਨਾ ਖਿਡਾਰੀ ਨਸ਼ੇ ਕਰਕੇ ਖੇਡੇ ਤਾਂ ਵੀ ਦੁੱਖ ਹੁੰਦਾ ਆ, ਇਹ ਨਸ਼ਿਆਂ ਤੋਂ ਬਿਨਾਂ ਖਿਡਾਰੀ ਅੱਜ ਖੇਡਦੇ ਆ। ਚੱਲ ਬਈ ਇੱਧਰ ਭੂਰੇ ਦੀ ਫੇਰ ਪੈ ਗਈ ਕਬੱਡੀ, ਇੱਧਰ ਪੂਰਾ ਬੱਗੇ ਪਿੰਡ ਵਾਲਾ ਫਿਰ ਕਬੱਡੀ ਕਬੱਡੀ ਕਰਦਾ ਚਾਰੇ ਜਾਫੀਆਂ ਦੇ ਕੋਲ ਪਹੁੰਚ ਗਿਆ। ਮਨੀ ਦੇ ਨਾਲ ਮੁਕਾਬਲਾ, ਮਾਰੀ ਸੀ ਧੌਲ, ਨਹੀਂ ਰੀਸਾਂ ਤੇਰੀਆਂ ਗੱਭਰੂਆ, ਬਿਲਕੁਲ ਹੰਧਿਆਂ ਦੇ ਨੇੜੇ। ਪਰ ਪੁਆਇੰਟ ਲੈ ਕੇ ਜਾਂਦਾ ਹੋਇਆ ਰਣਜੀਤ ਸਿੰਘ ਢੰਡੇ ਦੇ ਕੋਲ ਇੱਕ ਅੰਕ ਦਾ ਹੋਰ ਵਾਧਾ ਕਰ ਦਿੱਤਾ ਇਸ ਖਿਡਾਰੀ ਨੇ।
ਚੱਲ ਬਈ ਬਲਈ ਸੋਨਹਾਲ ਸਤਿ ਸ੍ਰੀ ਅਕਾਲ। ਬਹੁਤ ਹੀ ਵਧੀਆ। ਅਤੇ ਉੱਧਰ ਜਸਕਰਨ ਮੇਰਾ ਵੀਰ ਸੁੱਖਾ ਅਤੇ ਨਾਲ ਅਤੇ ਪ੍ਰਤਾਪ CPM ਅਤੇ ਨਾਲ ਆਹ ਵੇਖਦੇ ਹਾਂ ਗੱਲ ਕਿੱਧਰ ਨੂੰ ਜਾਂਦੀ ਹੈ। ਪੁਆਇੰਟ ਲੈ ਕੇ ਭੱਜਾ ਜਾਂਦਾ, ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ ਇਹ ਆ ਨੌਜਵਾਨ, ਇੱਕ ਅੰਕ ਦਾ ਹੋਰ ਵਾਧਾ ਕੀਤਾ ਸਪੇਨ ਤੋਂ ਆ ਕੇ। ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ ਗੱਲ ਕਰਦਾ ਅਤੇ ਉੱਧਰ ਪੱਪੂ ਬਜੂਹਿਆਂ ਵਾਲਾ ਵੀ ਖੜਾ ਮੇਰਾ ਵੀਰ ਵੇਖਦਾ ਆ। ਇੱਧਰ ਫਿਰ ਪਈ ਆ ਕਬੱਡੀ, ਚੱਲ ਬਈ ਕਬੱਡੀ ਕਬੱਡੀ ਕਰਦਾ ਜਾ ਪਹੁੰਚਿਆ ਚਾਰੇ ਜਾਫੀਆਂ ਦੇ ਕੋਲੋਂ। ਜਸਪਾਲ ਸਪਾਲ ਬੈਠਾ ਵੇਖਦਾ ਬਈ ਸਾਹਮਣੇ ਮੁਕਾਬਲਾ ਪੂਰਾ ਸਖਤ ਆ। ਆਹ ਵੇਖਦੇ ਹਾਂ ਗੱਲ ਕਿੱਧਰ ਨੂੰ ਜਾਂਦੀ ਆ। ਕਬੱਡੀ ਕਬੱਡੀ ਕਰਦਾ ਆਹ ਦੀਪਾ ਵੀ ਕਿਸੇ ਤੋਂ ਘੱਟ ਨਹੀਂ। ਆਹ ਵੇਖ ਲਾ ਨੌਜਵਾਨ ਕਿੱਧਰਲੇ ਪਾਸੇ ਨੂੰ ਲੈ ਕੇ ਜਾ ਪਹੁੰਚਿਆ। ਕਬੱਡੀ ਦਾ ਤਜਰਬਾ ਬੜਾ, ਪਰ ਪੁਆਇੰਟ ਬਹੁਤ ਹੀ ਵਧੀਆ ਅਖਤ ਦਾ ਫੈਸਲਾ ਕੋਲ ਜਾ ਪਹੁੰਚਿਆ, ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ। ਫੈਸਲੇ ਤੋਂ ਪਹਿਲਾਂ ਹਾਰ ਨਹੀਂ ਮੰਨਣੀ, ਭਾਵੇਂ ਪੈ ਜਾਵੇ ਜਿੰਦ ਸੂਲੀ ਉੱਤੇ ਟੰਗਣੀ। ਕਹਿੰਦੇ ਫੈਸਲੇ ਤੋਂ ਪਹਿਲਾਂ ਕਦੇ ਹਾਰ ਨਹੀਂ ਮੰਨਣੀ। ਸਾਹਮਣੇ ਫਿਰ ਮੁਕਾਬਲਾ ਸਖਤ ਚੱਲਦਾ ਹੋਇਆ। ਆਹ ਵੇਖ ਲਓ ਕਬੱਡੀ ਕਬੱਡੀ ਕਰਦਾ ਇਹ ਨੌਜਵਾਨ ਅਤੇ ਚਾਰੇ ਜਾਫੀਆਂ ਦੇ ਕੋਲ। ਆਹ ਵੇਖ ਲਓ ਜਾਦੇ ਦੇ ਨਾਲ ਸੁਰਖਪੁਰ ਦੇ ਨਾਲ ਮੁਕਾਬਲਾ ਹੋਇਆ ਸੀ, ਪੁਆਇੰਟ ਇੱਕ ਅੰਕ ਦਾ ਹੋਰ ਵਾਧਾ ਹੋ ਗਿਆ ਈਸਟ ਬੁਲਚ ਦੀ ਟੀਮ ਦੇ ਲਈ। ਬੱਸ ਦੇ ਰਹਿਣ ਪ੍ਰਮੋਟਰ ਢੇਸੀ ਬੱਸ ਦੀ ਰਹੇ ਕਬੱਡੀ, ਨਸ਼ਿਆਂ ਤੋਂ ਪਰਹੇਜ਼ ਕਰੋ ਲੀਹੋਂ ਲੈ ਨਾ ਜਾਵੇ ਗੱਡੀ, ਸੌਖਾ ਢੇਸੀ ਕਰੇ ਦਲੇਰੀ। ਬਿਆਨ ਪੰਜਾਬੀਆਂ ਦੀ ਭੰਗੜਾ ਅਤੇ ਕਬੱਡੀ ਹੈ ਜਿੰਦ ਜਾਨ। ਆਹ ਵੇਖ ਲਓ ਸਾਹਮਣੇ ਸੁਖੀ ਲੱਖਣ ਕੇ ਪੱਡੇ ਵਾਲੇ ਨੂੰ ਹੱਥ ਲਾ ਕੇ ਭੱਜਿਆ ਜਾਂਦਾ ਇਹ ਨੌਜਵਾਨ, ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ। ਇੱਧਰ ਗਗਨ ਆਈ ਜਵਾਨੀ ਪੈਰ ਥਿੜਕਦੇ, ਮੇਰਾ ਉੱਡਣੇ ਨੂੰ ਜੀ ਕਰਦਾ ਕੱਢਣਾ ਪਸੀਨੇ ਵਿੱਚ ਦੀ ਜਿਹੜਾ ਖਾਧਾ ਏ ਕਿਉਂ ਕਰਦਾ। ਆਹ ਵੇਖ ਲਓ ਗਰਮੇ ਉੱਧਰ ਮਾਰਦਾ ਸੰਧੂ ਪਰਿਵਾਰ ਦਾ ਥਾਪੀਆਂ ਮਾਰਦਾ ਆ ਅਤੇ ਵੇਖਦੇ ਹਾਂ ਸੰਦੀਪ ਗਲੈਡੀਏਟਰ ਦੇ ਨਾਂ ਨਾਲ ਮਸ਼ਹੂਰ ਫਲਾਈਆਂ ਬਾਹਾਂ। ਪਰ ਗਗਨ ਵੀ ਬਹੁਤ ਤਕੜਾ ਤਜਰਬੇਦਾਰ ਖਿਡਾਰੀ, ਰਣਜੀਤ ਢੰਡੇ ਦਾ ਪੂਰਾ ਜ਼ੋਰ ਲੱਗਿਆ ਪਿਆ ਅਤੇ ਉੱਧਰ ਸਾਹਮਣੇ ਵੇਖਦੇ ਹਾਂ ਬਿਲਕੁਲ ਹੰਧਿਆਂ ਦੇ ਨੇੜੇ ਗੱਲ ਪਹੁੰਚੀ ਆ ਪਈ ਆ। ਪੁਆਇੰਟ ਪੁਆਇੰਟ ਆਹ ਵੇਖ ਲਓ ਬਈ ਪੁਆਇੰਟ ਲੈ ਕੇ ਜਾਂਦਾ ਹੋਇਆ ਸੰਦੀਪ ਨੰਗਲੰਬੀਆਂ ਵਾਲਾ, ਲੱਖਾਂ ਦੇ ਅੰਕ ਜੋੜਿਆ ਇਸ ਨੌਜਵਾਨ ਨੇ। ਉੱਧਰ 20 ਪੁਆਇੰਟ ਦੇ ਤੇ ਰਣਜੀਤ ਸਿੰਘ ਢੰਡੇ ਨੇ ਅਤੇ ਬੜਾ ਪਿੰਡ ਵੀ ਬੜਾ ਤਕੜਾ ਟੂਰਨਾਮੈਂਟ ਕਰਵਾਇਆ ਰਣਜੀਤ ਸਿੰਘ ਢੰਡੇ ਨੇ ਅਤੇ ਸਾਹਮਣੇ ਫਿਰ ਮੁਕਾਬਲਾ ਵੇਖਦੇ ਹਾਂ। ਅਤੇ ਉੱਧਰ ਵੇਖਦੇ ਹਾਂ ਕੁਲਵਿੰਦਰ ਅਤੇ ਪਾਲਾ ਬੜੇ ਪਿੰਡ ਵਾਲਾ ਅਤੇ ਆਹ ਵੇਖ ਲਓ ਅਗਲੇ ਹਫ਼ਤੇ ਮੈਚ। ਸੱਤਾ ਮਠੱਡਾ ਕਹਿੰਦਾ ਵੀ ਸਾਰਿਆਂ ਨੂੰ ਖੁੱਲ੍ਹਾ ਸੱਦਾ ਦੇ ਦਿਓ ਵੀ ਅਗਲੇ ਹਫ਼ਤੇ ਗ੍ਰੇਵਜੈਂਟ ਵਿਖੇ ਬਗੜਾ ਤਕੜਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਆ। ਚੱਲ ਬਈ ਗੱਭਰੂਆ ਚੱਲ ਬਈ ਵੇਖਦੇ ਹਾਂ। ਆਹ ਵੇਖ ਲਓ ਪੂਰਾ ਸੂਰਜ ਦੇਵਤਾ ਵੀ ਇਸ ਗੱਭਰੂ 'ਤੇ ਪੂਰਾ ਖੁਸ਼ ਹੋ ਗਿਆ ਅਤੇ ਵੇਖਦੇ ਹਾਂ ਸੋਚਦੇ ਚਾਰੇ ਜਾਫੀ ਕਿੱਥੋਂ ਆਹ ਨਹੀਂ ਰਿਸਾ 'ਤੇ। ਆਹ ਵੇਖ ਲਾ ਤਜਾਰਵਾ ਕਬੱਡੀ ਦਾ ਨਹੀਂ ਰਿਸਾ, ਵਾਹ ਤੇਰੇ ਸ਼ੇਰਾ। ਮੈਂ ਅੱਗੇ ਵੀ ਕਈ ਵਾਰੀ ਲਿਖਿਆ ਵੀ ਸੀਗਾ ਵੀ ਜਦੋਂ ਗੋਰਿਆਂ ਕਾਲਿਆਂ ਦੇ ਹੱਥ ਕਬੱਡੀ ਆ ਗਈ ਪਤਾ ਨਹੀਂ ਕੀ ਬਣੂੰਗਾ। ਆ ਤੁਹਾਡੇ ਸਾਹਮਣੇ ਆ ਬਹੁਤ ਹੀ ਸੋਹਣਾ ਇਹ ਨੌਜਵਾਨ ਕਬੱਡੀ ਦੇ ਵਿੱਚ ਆਪਣੀਆਂ ਜੌਹਰ ਵਿਖਾਉਂਦਾ ਹੋਇਆ ਅਤੇ ਆਹ ਵੇਖ ਲਓ ਦੀਪੇ ਕੌਰਲੀ ਨੇ ਕੀਤਾ ਸੀ ਕੋਸ਼ਿਸ਼ ਪਰ ਗਗਨ ਇੱਕ ਅੰਕ ਦਾ ਹੋਰ ਪੰਜਾਬ ਯੂਨਾਈਟਡ ਵੋਲਹਨ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ। ਚੱਲ ਬਈ ਮੱਖਣ ਮੱਖੀ ਗੱਭਰੂਆ ਪਾ ਕਬੱਡੀ, ਮੱਖਣ ਮੱਖੀ ਨੇ ਫਿਰ ਕਬੱਡੀ ਪਾ ਦਿੱਤੀ ਆ ਅਤੇ ਵੇਖਦੇ ਹਾਂ। ਆਹ ਵੇਖ ਲਓ ਇੱਧਰ ਕਬੱਡੀ ਕਬੱਡੀ ਕਰਦਾ ਜੀਤੀ ਕੂਨਰ ਦੇ ਨਾਲ ਮੁਕਾਬਲਾ ਅਤੇ ਪੁਆਇੰਟ ਸਵਾਨੇ ਦਾ ਫੈਸਲਾ ਧਾਵੀ ਦੇ ਹੱਕ ਦੇ ਵਿੱਚ, ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ ਇਹ ਨੌਜਵਾਨ। ਚੱਲ ਬਈ ਇੱਧਰ ਹਾਕਾ ਮਾਰਦੇ ਵੇ ਗੱਭਰੂ ਆਪਾਂ ਕਬੱਡੀ, ਜੇ ਨਾ ਹੁੰਦੇ ਦਰਸ਼ਕ ਵੀਰੇ ਕੌਡੀ ਖੇਡ ਦਾ ਮੁੱਲ ਪੈਂਦਾ ਨਾ, ਜੇ ਨਾ ਹੁੰਦੀ ਹਾਰ ਜਿੱਤ ਕੋਈ ਕਿਸੇ ਨਾ, ਇਹ ਹਾਰ ਜਿੱਤ ਦਾ ਮੁਕਾਬਲਾ ਆ ਅਤੇ ਉਹ ਸਾਹਮਣੇ ਸੁੱਖੀ ਲੱਖਣ ਕੇ ਪੱਡਿਆਂ ਵਾਲੇ ਦੇ ਨਾਲ ਮੁਕਾਬਲਾ। ਉਹ ਵੀ ਨੌਜਵਾਨ ਕਬੱਡੀਆਂ ਵੀ ਪਾਉਂਦਾ ਅੱਜ ਜਾ ਕੇ ਸਟੋਪ 'ਤੇ ਖੜ ਗਿਆ, ਪਰ ਪੁਆਇੰਟ ਪੂਰਾ ਬੱਗੇ ਪਿੰਡ ਵਾਲਾ। ਬਹੁਤ ਹੀ ਵਧੀਆ ਇਹ ਆ ਨੌਜਵਾਨ, ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ। ਪੂਰਾ ਫਸਿਆ ਪਿਆ ਮੁਕਾਬਲਾ, ਉੱਧਰ ਸਵਾਨਾ ਹਾਕਾ ਮਾਰਦਾ ਆ। ਚੱਲ ਵੇ ਗੱਭਰੂਆ ਅਤੇ ਵੇਖਦੇ
ਜਲਾਫੀ ਕੀ ਸਲਾਹਾਂ ਕਰਦੇ ਆ, ਚਾਰੇ ਜਲਾਫੀ ਜਾਫੀ ਸਲਾਹਾਂ ਕਰਦੇ ਆ ਬਾਈ, ਇਸ ਨੌਜਵਾਨ ਨੂੰ ਕਿਵੇਂ ਡੱਕਣਾ ਆ। ਅਤੇ ਉੱਧਰ ਰਵਿੰਦਰ ਨਵੇਂ ਪਿੰਡੀਆਂ ਵਾਲਾ ਪੂਰਾ ਖੁਸ਼ ਹੋ ਬਈ, ਵਾਕਈ ਵੇਖਦੇ ਹਾਂ ਗੱਲ ਕੀ ਬਣਦੀ ਆ, ਚੜ੍ਹਦੀ ਕਲਾ ਦੇ ਵਿੱਚ ਰਹਿੰਦੇ। ਉੱਧਰ ਬੁਲਟ ਵੇਖਦਾ ਆ ਬਈ, ਆਹ ਵੇਖਦੇ ਹਾਂ ਭੱਜਿਆ ਆਉਂਦਾ ਗੋ ਨੌਜਵਾਨ, ਆਹ ਵੇਖ ਲਓ ਇੱਕ ਅੰਕ ਦਾ ਵਾਧਾ ਕਰਦਾ ਹੋਇਆ, ਬਹੁਤ ਹੀ ਵਧੀਆ ਇਹ ਮੁਕਾਬਲਾ। ਅਤੇ ਉੱਧਰ ਸੁੱਖੇ ਮੇਰੇ ਵੀਰ ਦਾ, ਉਹ ਵੀ ਵੇਖਦਾ ਬੈਠਾ ਆ, ਅਤੇ ਹੋਰ ਜਿੰਨੇ ਵੀ ਮੇਰੇ ਵੀਰ ਸਾਰੇ ਪਹੁੰਚੇ, ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਅਤੇ ਉੱਧਰ ਰਣਜੀਤ ਰੂਫਰ ਕਹਿੰਦਾ ਵੀ ਮੈਚ ਬੜਾ ਵਧੀਆ ਚੱਲਦਾ ਆ, ਬਿੱਲਾ ਦੀਨੇਵਾਲ ਅਤੇ ਸਾਹਮਣੇ ਫਿਰ ਮੁਕਾਬਲਾ ਹੋਇਆ, ਅਤੇ ਆਹ ਵੇਖ ਲਓ ਭੱਜਿਆ ਜਾਂਦਾ ਨੌਜਵਾਨ ਪੁਆਇੰਟ ਲੈ ਕੇ, ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ। ਇਹ ਆ ਗਗਨ, ਇੱਕ ਅੰਕ ਜੋੜਦਾ ਹੋਇਆ ਰਣਜੀਤ ਸਿੰਘ ਢੰਡੇ ਦੀ ਟੀਮ ਦੇ ਲਈ। ਚੱਲ ਬਈ ਮੱਖਣ ਮੱਖੀ ਗੱਭਰੂਆ ਪਾ ਕਬੱਡੀ, ਮੱਖਣ ਮੱਖੀ ਸੰਧੂ ਦੀ ਪਈ ਆ ਕਬੱਡੀ, ਵਾਧਾ ਜਾਂਦਾ ਚਾਰੇ ਜਾਫੀਆਂ ਦੇ ਕੋਲ। ਅਤੇ ਵੇਖਦੇ ਹਾਂ ਜੀਤੀ ਕੂਨਰ ਨਹੀਂ ਰਿਸਾਂ, ਭਾਜੀ ਪਹਿਲਵਾਨ ਦਾ ਪੁੱਤਰ ਰੁੜਕੀ ਪਿੰਡ ਤੋਂ, ਜਿੱਥੇ ਬੜੇ ਤਕੜੇ ਤਕੜੇ ਖਿਡਾਰੀ ਫਿੰਦੀ ਰੁੜਕੀ ਵੜ ਗਏ, ਖਿਡਾਰੀ ਸੋਹਣ ਰੁੜਕੀ ਵਾਲਾ ਬੜੇ ਤਕੜੇ ਖਿਡਾਰੀ ਹੋਏ ਆ ਉਸ ਗਾਂਵ ਦੇ। ਅਤੇ ਆ ਸਾਹਮਣੇ ਫਿਰ ਮੁਕਾਬਲਾ ਹੋ ਗਿਆ, ਸੁੱਚਾ ਥਿੰਦ ਵੇਖਦਾ ਵੀ ਪਈ ਆ ਗੱਭਰੂ ਦੀ ਕਬੱਡੀ, ਅਤੇ ਆਹ ਵੇਖਦੇ ਹਾਂ ਅਤੇ ਪੁਆਇੰਟ ਜਾਂਦਾ ਹੋਇਆ ਤਾਵੀ ਦੇ ਹੱਕ ਦੇ ਵਿੱਚ ਜਾਂਦਾ ਹੋਇਆ, ਇੱਕ ਅੰਕ ਦਾ ਹੋਰ ਵਾਧਾ ਹੋ ਗਿਆ ਕਿਉਂਕਿ ਕਮਲ ਬਾਹਰ ਚਲੇ ਗਿਆ ਸੀ। ਇੱਧਰ ਗਗਨ ਦੀ ਫਿਰ ਪਈ ਆ ਕਬੱਡੀ, ਬਹੁਤ ਹੀ ਸੋਹਣਾ ਨੌਜਵਾਨ, ਅਤੇ ਆਹ ਵੇਖਦੇ ਹਾਂ ਅਤੇ ਜਾਦੇ ਦੇ ਨਾਲ ਮੁਕਾਬਲਾ ਹੋਇਆ ਸੁਰਖਪੁਰ ਵਾਲੇ ਦੇ ਨਾਲ, ਪੁਆਇੰਟ ਜਾਂਦਾ ਹੋਇਆ ਇੱਕ ਅੰਕ ਦਾ ਹੋਰ ਵਾਧਾ ਈਰਥ ਬੁਲਚ ਦੇ ਹੱਕ ਦੇ ਵਿੱਚ। ਉੱਡਣਾ ਜਿੰਨਾ ਮਰਜ਼ੀ ਉੱਡੋ, ਇਹਨੂੰ ਅਖੀਰ ਨਾ ਸਮਝੋ, ਕਦੇ ਨਿਸ਼ਾਨਾ ਉੱਕ ਨਹੀਂ ਸਕਦਾ, ਕਦੇ ਨਿਸ਼ਾਨਾ ਉੱਕ ਵੀ ਸਕਦਾ, ਹਰ ਗੱਲ ਆਪਣੀ ਤੀਰ ਨਾ ਸਮਝੋ, ਕੌਡੀ ਖੇਡ ਸਰਮਾਇਆ ਪੰਜਾਬੀਆਂ ਦਾ ਨਿੱਜੀ ਕਦੇ ਜਗੀਰ ਨਾ ਸਮਝੋ, ਇਹ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਅੱਜ ਪੂਰੀ ਦੁਨੀਆ ਦੇ ਵਿੱਚ ਨਕਸ਼ੇ 'ਤੇ ਆ ਗਈ ਆ ਅਤੇ ਸਾਰੀ ਦੁਨੀਆ ਖੇਡਣ ਲੱਗ ਪਈ। ਆਹ ਵੇਖ ਲਓ ਗਗਨ ਪੁਆਇੰਟ ਲੈ ਕੇ ਆਪਣੇ ਘਰ ਸੁੱਖੀ ਸਾਂਦੀ ਜਾ ਪਹੁੰਚਾ, ਇੱਕ ਅੰਕ ਦਾ ਵਾਧਾ ਕਰਦਾ ਹੋਇਆ। ਆਹ ਵੇਖ ਲਓ ਡੰਡਾ ਹਾਕਾ ਮਾਰਦਾ ਵੇ, ਆਹ ਗੱਭਰੂਆ ਕਹਿੰਦਾ ਕਮ ਔਨ, ਚੱਲ ਵੇ ਗੱਭਰੂਆ। ਆਹ ਵੇਖ ਲਓ ਜਿਹੜਾ ਬੰਦਾ ਧਰਤੀ ਮਾਂ ਨੂੰ ਪਹਿਲਾਂ ਮੱਥਾ ਟੇਕਦਾ ਫਿਰ ਉੱਪਰ ਵਾਲੇ ਦੀ, ਕਹਿੰਦਾ ਬਈ ਤੂੰ ਬੜੀ ਮਾਂ ਖੇਡ ਕਬੱਡੀ ਵਿੱਚ ਮੈਨੂੰ ਵੀ ਅੱਜ ਪਾ ਦਿੱਤਾ ਆ, ਅਤੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਲਈ, ਮਾਣ ਵਧਾਉਣ ਦੇ ਲਈ ਕਬੱਡੀ ਕਬੱਡੀ ਕਰਦਾ। ਆਹ ਨਹੀਂ ਰੀਸਾਂ ਤੇਰੀਆਂ, ਜੀਤੀ ਕੂਨਰ ਦੇ ਨਾਲ ਪੂਰਾ ਹੋਇਆ ਪਿਆ ਮੁਕਾਬਲਾ, ਇਹਨੂੰ ਕਹਿੰਦੇ ਕਬੱਡੀ ਦਾ ਤਜਰਬਾ ਆ ਗਿਆ, ਸਨੌਜਾਂ ਨੂੰ ਝੋਟੇ ਜਿੰਨੀ ਜਾਨ ਆ ਤਾੜੀ ਮਾਰ ਦਿਓ। ਨਹੀਂ ਰੀਸਾਂ ਗੱਭਰੂਆ, ਸਪੇਨ ਤੋਂ ਚੱਲ ਕੇ ਆਇਆ, ਅੱਜ ਡਰਬੀ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਅੱਜ। ਬਹੁਤ ਹੀ ਪੁਆਇੰਟ ਜੋੜਦਾ ਹੋਇਆ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ, ਚੱਲ ਬਈ ਗੱਭਰੂਆ। ਉੱਧਰ ਭੂਰੇ ਦੀ ਪਈ ਆ ਕਬੱਡੀ, ਭੂਰੇ ਦੀ ਪਈ ਆ ਕਬੱਡੀ, ਅਤੇ ਉੱਧਰ ਲੋਲਾ ਬੈਠਾ ਵੇਖਦਾ ਵੀ ਆਹ ਕਿੱਧਰ ਨੂੰ ਜਾਂਦਾ, ਪੁਆਇੰਟ ਲੈ ਕੇ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ। ਇਹ ਆ ਰਣਜੀਤ ਸਿੰਘ ਢੰਡੇ ਦੇ ਕੋਲ ਜਾ, ਉੱਧਰ ਰਵਿੰਦਰ ਚੱਠਾ ਮੇਰਾ ਵੀਰ ਟੈਲੀਫੋਨ ਤੋਂ ਬੈਠੇ ਵੀ ਵੇਖਦੇ ਆ ਕਿ ਇਹ ਮੁਕਾਬਲਾ ਪੂਰਾ ਭਰਿਆ ਪਿਆ ਸਖ਼ਤ। ਕੇਸਰ ਸਿੰਘ ਧਾਲੀਵਾਲ ਬਈ ਪੁਆਇੰਟ ਇੱਕ ਇੱਕ ਅੰਕ 'ਤੇ ਫਾਈਟ ਹੁੰਦੀ ਆ, ਜਿੰਨੇ ਵੀ ਆਹ ਵੇਖ ਲਓ ਸੰਧੂ ਪਰਿਵਾਰ ਦੇ ਨਾਲ, ਸੰਧੂ ਪਰਿਵਾਰ ਦੋਨੇ ਨੌਜਵਾਨ, ਪੁਆਇੰਟ ਮੱਖਣ ਮੱਖੀ ਲੈ ਕੇ ਆਉਂਦਾ ਹੋਇਆ ਆਪਣੀ ਬਾਸਤੀ ਚਾਲ ਦੇ ਵਿੱਚ, ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ। ਚੱਲ ਬਈ ਗਗਨ ਪਾ ਬਈ ਨਾਗਰਿਆਂ ਵਾਲੇ, ਗਗਨ ਨਾਗਰੇ ਦੀ ਪਈ ਆ ਕਬੱਡੀ, ਬਹੁਤ ਹੀ ਕਹਿੰਦੇ ਸੋਹਣਾ ਚੰਡਿਆ ਪਿਆ ਸਰੀਰ, ਕਬੱਡੀ ਦਾ ਤਜ਼ਰਬਾ ਵੀ ਬੜਾ ਆ, ਵਾਧਾ ਜਾਂਦਾ। ਆਹ ਵੇਖ ਲਓ ਮੁਕਾਬਲਾ ਬੜਾ ਸਖ਼ਤ ਆ, ਇਹ ਵੇਖ ਲਓ ਗੱਭਰੂ। ਚੱਲ ਬਈ ਰੀਸਾਂ ਤੇਰੀਆਂ ਨਹੀਂ, ਪਰ ਆਹ ਵੇਖ ਲਓ ਪੁਆਇੰਟ ਲੈ ਕੇ ਆ ਪਹੁੰਚਾ ਪੰਜਾਬ ਯੂਨਾਈਟਡ ਵੋਲਹਨ ਦੇ ਲਈ। ਇੱਧਰ ਸੁੱਚਾ ਸਿੰਘ ਥਿੰਦ ਹੱਲਾ ਸ਼ੇਰੀ ਦਿੰਦਾ ਆ ਬਈ ਪਾ ਗੱਭਰੂਆ ਕਬੱਡੀ, ਅਤੇ ਚਾਰੇ ਜਾਫੀ ਬੜੇ ਉੱਧਰ ਵੇਖਦੇ ਹਾਂ, ਜਾਦਾ ਸੁਰਖਪੁਰੀਆ ਜਾਦਾ ਵੀ ਵੇਖਦੇ ਹਾਂ, ਅਤੇ ਨਾਲ ਮੁਕਾਬਲਾ ਆਹ ਸੁਰਖਪੁਰੀਆ ਜਾਦਾ, ਆਹ ਨਹੀਂ ਰੀਸਾਂ ਤੇਰੀਆਂ, ਪੂਰੀ ਕੋਸ਼ਿਸ਼ ਕਰਦਾ ਅਤੇ ਨੰਬਰ ਵੀ ਵੇਖਦੇ ਕਿੱਧਰ ਨੂੰ ਜਾਂਦਾ ਆ, ਪੁਆਇੰਟ ਧਾਵੀ ਦੇ ਹੱਕ। ਇਹ ਨਵੀਂ ਤਕਨੀਕ ਦਾ ਫੈਸਲਾ ਵੀ ਜਿਹਦਾ ਪਹਿਲਾਂ ਬਾਹਰ ਪੈਰ ਚੱਲ ਗਿਆ ਉਹ ਦੂਸਰੇ ਖਿਡਾਰੀ ਨੂੰ ਨੰਬਰ ਦਿੱਤਾ ਜਾਊਗਾ, ਇਸ ਤਰ੍ਹਾਂ ਹੀ ਹੈ ਜੀ। ਚੱਲ ਬਈ ਇੱਧਰ ਭੂਰੇ ਦੀ ਫਿਰ ਪੈਣ ਲੱਗੀ ਆ ਕਬੱਡੀ,
चल बई भूरिया पा नौजवाना कबड्डी आ वेख लो पुत छीणिया मावां दे शेरां वांगू गजदे ने आ वेख लो बजन ताड़ियां चीकां ते जद हथ ला के भजदे ने चढ़दी कला विच रखी संतान पंजाबियां दी भंगड़ा ते कबड्डी है जिंद जान पंजाबियां दी ए भंगड़ा ते कबड्डी बहुत ही वधिया पॉइंट जोड़दा पूरा एक अंक का वाधा करता होया इधर जेला हुशियारपुरिया बड़ी तकड़ी कबड्डी खेडी आ वेखदा आ वे पै गई कबड्डी बहुत ही सोहना इनाम ते पाई आ कबड्डी मक्खन मक्खी दी पई आ कबड्डी 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 करदा उधर एस धामी साडे प्रमोटर साहब ते प्यारा रंधावा पहलवान बीड़वासियां ते इधर वेखदे आ गल कलवंत संघे आ बे कहिंदे आ वेख लो पॉइंट लैके भज्जा जांदा एक अंक का होर वाधा करदा होया एक बार जोरदार ताड़ियां मार दियो दोनों टीमों के नाते मैं थोड़ा अपना पिंदा मठाडा 2014 के टूरनामेंटा की गल करिए अगले हफ्ते जरा ग्रेव जंट विक टूरनामेंट विखे हो रहा आप सारे जने चलीए ग्रेव जंट दी ग्राउंडा दे विच बड़ी धूमधाम के नाल खेल मेला जिहड़ा उहनू जा के सहयोग दईए आप जाना अगले हफ्ते 25 तरीक नूं ग्रेव जंट दी गुरद्वारे दी ग्राउंडा दे विच ते 2014 दे जिहड़े खेड मेले आ सारे कामयाब करिए बड़े चोटी दे खिडारी मेरे वीरो पहुँच रहे आ बाद चढ़ के सहयोग दईए वाहेगुरू जी का खालसा ते सिख चलन वालियां दी करिए चढ़ाई वाहेगुरू जी की फतेह।